हाँ जी स्टूडेंट्स, असी लैसन नंबर 4 दे क्वेश्चन से कर रहे सी। असी अपनी फर्स्ट वीडियो दे विच इस लैसन दे फर्स्ट 4 क्वेश्चन किए ने। अज असी नैक्सट कंटिन्यू करांगे। नैक्सट 5th क्वेश्चन है, रे वॉज नॉट ए पॉन ब्रोकर, वाई देन डिड ही लैंड मनी टू पीपल इन एक्सचेंज फॉर देयर ओल्ड वॉचिज एंड क्लॉक्स। कहिंदे कि जिहड़ा रे आ वो एक दलाल नहीं सी, फिर भी उसने लोगों नूं उन्हां दीआं पुरानीआं घड़ियां अते घड़ियां दे बदले पैसे क्यों उधार दित्ते। आंसर देखो, आंसर की है ना, रे वॉज नॉट ए पॉन ब्रोकर, ए परसन हू लैंड्स मनी ऑन सिक्योरिटी ऑफ सम आइटम। He did not lend money on interest. He was a person with kind and helpful nature. He could not refuse to help a needy person. ਕਹਿੰਦੀ ਹੈ ਕਿ ਜਿਹੜਾ ਰੇਵ ਆ ਕੋਈ ਦਲਾਲ ਨਹੀਂ ਸੀ, ਪਰ ਉਹ ਜੋ ਮਤਲਬ ਕਿਸੇ ਨੂੰ ਪੈਸੇ ਵਗੈਰਾ ਦਿੰਦਾ ਸੀ, ਉਹ ਕਿਸੇ ਤੋਂ ਕੋਈ ਜਿਹੜੀ ਚੀਜ਼ ਲੈਂਦਾ ਸੀ ਉਹ ਸੁਰੱਖਿਆ ਦੇ ਤੌਰ ਤੇ ਲੈਂਦਾ ਸੀ, ਠੀਕ ਆ, ਸਿਕਿਉਰਿਟੀ ਦੇ ਤੌਰ ਤੇ, ਤੇ ਫਿਰ ਉਹਨਾਂ ਨੂੰ ਕੀ ਪੈਸੇ ਦੇ ਦਿੰਦਾ ਸੀ, ਠੀਕ ਆ। ਕਹਿੰਦੇ ਕਿ ਉਸਨੇ ਵਿਆਜ ਦੇ ਪੈਸੇ ਉਧਾਰ ਨਹੀਂ ਦਿੱਤੇ ਸੀ, ਮਤਲਬ ਕਿਸੇ ਵੀ ਨੂੰ, ਜਿਸ ਵੀ ਪਰਸਨ ਨੂੰ ਪੈਸੇ ਦਿੰਦਾ ਸੀ ਕਿਸੇ ਨੂੰ, ਕਿਸੇ ਕੋਲੋਂ ਕੀ ਉਹ ਵਿਆਜ ਵਗੈਰਾ ਨਹੀਂ ਲੈਂਦਾ ਸੀ, ਕੋਈ ਐਕਸਟਰਾ ਪੈਸੇ ਨਹੀਂ ਲੈਂਦਾ ਸੀ, ਠੀਕ ਆ। ਜਿੰਨੇ ਹੀ ਕਿਸੇ ਨੂੰ ਪੈਸੇ ਦਿੰਦਾ ਸੀ ਉਨੇ ਹੀ ਉਹਨਾਂ ਤੋਂ ਵਾਪਸ ਲੈ ਲੈਂਦਾ ਸੀ। ਹੀ ਵਾਜ਼ ਏ ਪਰਸਨ ਵਿਦ ਕਾਇੰਡ ਐਂਡ ਹੈਲਪਫੁਲ ਨੇਚਰ। ਕਹਿੰਦੇ ਕਿ ਉਹ ਦਿਆਲੂ ਅਤੇ ਮਦਦਗਾਰ ਸੁਭਾਅ ਵਾਲਾ ਵਿਅਕਤੀ ਸੀ। ਹੀ ਕੁਡ ਨਾਟ ਰਿਫਿਊਜ ਟੂ ਹੈਲਪ ਏ ਨੀਡੀ ਪਰਸਨ, ਤੇ ਉਹ ਕਿਸੇ ਵੀ ਲੋੜਮੰਦ ਦੀ ਮਦਦ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਸੀ, ਮਤਲਬ ਜੋ ਵੀ ਕਿਸੇ ਨੂੰ ਵੀ ਲੋੜ ਹੁੰਦੀ ਸੀ ਉਹ ਸਾਰਿਆਂ ਦੀ ਕੀ ਹੀ ਹੈਲਪ ਕਰਦਾ ਸੀ, ਕਦੀ ਵੀ ਉਹ ਉਹਨਾਂ ਨੂੰ ਮਨਾ ਨਹੀਂ ਕਰਦਾ ਸੀ, ਠੀਕ ਹੈ ਬੇਟਾ। ਆਪਣਾ ਨੈਕਸਟ ਕੁਸ਼ਚਨ ਹੈ, ਨੈਕਸਟ ਕੁਸ਼ਚਨ ਦੇਖੋ ਬੇਟਾ, The watch was nothing special and Judd had great powers. In what sense did it have great powers? ਕਹਿੰਦੇ ਕਿ ਜਿਹੜੀ ਘੜੀ ਆ ਕੁਛ ਖਾਸ ਨਹੀਂ ਸੀ, ਪਰ ਅਜੇ ਵੀ ਇਸਦੇ ਵਿੱਚ ਕੀ ਗ੍ਰੇਟ ਪਾਵਰ ਸਨ? ਕਿਸ ਅਰਥ ਵਿੱਚ ਇਸ ਵਿੱਚ ਕਹਿੰਦੇ ਕਿ ਗ੍ਰੇਟ ਪਾਵਰ ਸੀ, ਦੱਸੋ, ਠੀਕ ਆ। ਆਂਸਰ ਦੇਖੋ ਬੇਟਾ, ਕਹਿੰਦੇ ਆ ਦ ਓਲਡਰ ਪਰਸਨ got money without hurting anyone just because of his watch. The shopkeeper also escaped from any expected physical injury. In this sense, the watch had great powers. ਕਹਿੰਦੇ ਕਿ ਬਜ਼ੁਰਗ ਵਿਅਕਤੀ ਨੂੰ ਸਿਰਫ ਆਪਣੀ ਨਿਗਰਾਨੀ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੈਸੇ ਮਿਲ ਗਏ। ਦੁਕਾਨਦਾਰ ਕਿਸੇ ਵੀ ਅਨੁਮਾਨਿਤ ਸਰੀਰਕ ਸੱਟ ਤੋਂ ਬਚ ਜਾਂਦਾ ਵਾ, ਇਸ ਅਰਥ ਵਿੱਚ ਇਸ ਕਾਰਨ ਜਿਹੜੀਆਂ ਉਸਦੀ ਜਿਹੜੀ ਵਾਚ ਹੈ ਉਹਦੇ ਵਿੱਚ ਕੀ ਹੈ, ਅਜੇ ਵੀ ਕਹਿੰਦੇ ਗ੍ਰੇਟ ਪਾਵਰ ਸਨ, ਕੁਝ ਜਿਹੜੀਆਂ ਸ਼ਕਤੀਆਂ ਸਨ, ਮਤਲਬ ਕਿ ਜਿਹੜਾ ਬਜ਼ੁਰਗ ਆਦਮੀ ਹੈ ਨਾ ਉਹਨੂੰ ਪੈਸੇ ਕੀ ਮਿਲ ਜਾਂਦੇ ਆ, ਕਿਵੇਂ ਮਿਲ ਜਾਂਦੇ ਆ, ਕਿ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ, ਕਿਸੇ ਨੂੰ ਉਸਨੇ ਨੁਕਸਾਨ ਤਾਂ ਨਹੀਂ ਨਾ ਪਹੁੰਚਾਇਆ, ਠੀਕ ਆ। ਉਹ ਬਸ ਆਪਣੀ ਕੀ ਦੇ ਦਿੰਦਾ, ਵਾਚ ਦੇ ਦਿੰਦਾ ਵਾ, ਕਿਉਂਕਿ ਉਹ ਜਿਹੜਾ ਰੇ ਉਹਨੂੰ ਉਸਨੂੰ ਕਹਿੰਦਾ ਵਾ ਕਿ ਤੂੰ ਮਤਲਬ ਆਪਣੀ ਜਿਹੜੀ ਵਾਚ ਆ ਉਹ ਇੱਥੇ ਦੇ ਤੇ ਮੈਂ ਤੈਨੂੰ ਕੀ ਆ ਪੈਸੇ ਦੇ ਦੇਵਾਂਗਾ, ਠੀਕ ਆ। ਮਤਲਬ ਕੋਈ ਉਹ ਚੋਰੀ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ, ਠੀਕ ਆ, ਬਿਨਾਂ ਨੁਕਸਾਨ ਪਹੁੰਚਾਈ ਮਤਲਬ ਪੈਸੇ ਉਹਨਾਂ ਨੂੰ ਮਿਲ ਜਾਂਦੇ ਆ, ਤੇ ਨਾਲ ਹੀ ਜਿਹੜਾ ਦੁਕਾਨਦਾਰ ਹੁੰਦਾ ਵਾ ਉਸਨੂੰ ਵੀ ਕੋਈ ਮਤਲਬ ਕੋਈ ਸਰੀਰਕ ਇੰਜਰੀ ਨਹੀਂ ਹੁੰਦੀ, ਮਤਲਬ ਕੋਈ ਸੱਟ ਪਿੱਟ ਨਹੀਂ ਲੱਗਦੀ, ਠੀਕ ਆ। ਜੇ ਤਾਂ ਉਹ ਮਤਲਬ ਚੋਰੀ ਵਗੈਰਾ ਕਰਦੇ ਜਾਂ ਕੁਛ ਕਰਦੇ ਤਾਂ ਹੋ ਸਕਦਾ ਕਿ ਦੁਕਾਨਦਾਰ ਨੂੰ ਵੀ ਮਤਲਬ ਕੁਛ ਸਰੀਰਕ ਸੱਟ ਵੱਜ ਜਾਂਦੀ, ਠੀਕ ਆ, ਬਟ ਇੱਦਾਂ ਦਾ ਕੁਛ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਕਿ ਜਿਹੜੀ ਉਹ ਵਾਚ ਸੀ ਉਹਦੇ ਵਿੱਚ ਕੀ ਸੀ, ਅਜੇ ਵੀ ਗ੍ਰੇਟ ਪਾਵਰ ਸਨ, ਠੀਕ ਹੈ ਬੇਟਾ। ਨੈਕਸਟ ਕੁਸ਼ਚਨ ਦੇਖੋ ਬੇਟਾ, ਡੂ ਯੂ ਥਿੰਕ ਦਾ ਮੈਨ ਵੁੱਡ ਐਵਰ ਕਮ ਬੈਕ ਟੂ ਪਿਕ ਅਪ ਦਾ ਵਾਚ? ਕਹਿੰਦੇ ਆ ਕਿ ਤੁਹਾਨੂੰ ਲੱਗਦਾ ਵਾ ਕਿ ਉਹ ਆਦਮੀ ਕਦੇ ਘੜੀ ਲੈਣ ਲਈ ਵਾਪਸ ਆਵੇਗਾ? ਇਹਦਾ ਆਂਸਰ ਹੈ ਨੋ, it is very unlikely that the older man would ever
come back to pick up his watch because he got a price higher than the watch was worth for. ਕਹਿੰਦੇ ਕਿ ਨਹੀਂ ਇਹ ਬਹੁਤ ਹੀ ਘੱਟ ਸੰਭਾਵਨਾ ਵਾ ਕਿ ਜਿਹੜਾ ਬਜ਼ੁਰਗ ਆਦਮੀ ਹੈ ਉਹ ਕਦੇ ਵੀ ਆਪਣੀ ਘੜੀ ਨੂੰ ਵਾਪਸ ਲੈਣ ਲਈ ਆਵੇਗਾ ਕਿਉਂਕਿ ਉਸ ਨੂੰ ਘੜੀ ਦੀ ਕੀਮਤ ਜ਼ਿਆਦਾ ਮਿਲ ਗਈ ਸੀ ਮਤਲਬ ਉਸਦੀ ਘੜੀ ਦੀ ਕੀਮਤ ਇੰਨੀ ਜ਼ਿਆਦਾ ਨਹੀਂ ਹੈਗੀ ਸੀ ਜਿੰਨੀ ਉਸਨੂੰ ਉਸਦੇ ਪੈਸੇ ਮਿਲ ਚੁੱਕੇ ਸੀ ਇਸ ਕਰਕੇ ਮਤਲਬ ਨਹੀਂ ਲੱਗਦਾ ਕਿ ਉਹ ਮਤਲਬ ਦੁਬਾਰਾ ਜਿਹੜੀ ਹੈ ਉਹ ਘੜੀ ਵਾਪਸ ਲੈਣ ਲਈ ਆਵੇਗਾ ਉੱਥੇ ਕਲੀਅਰ ਨੈਕਸਟ ਕੁਸ਼ਚਨ ਦੇਖੋ ਬੇਟਾ ਕੁਸ਼ਚਨ ਨੰਬਰ 8 ਵੈਨ ਡਿਡ ਦਾ ਅਨਫਰੈਂਡਲੀ ਫੇਸ ਆਫ ਦਾ ਵਿਜ਼ਟਰ ਟਰਨ ਟਰੂਲੀ ਫਰੈਂਡਲੀ ਕਹਿੰਦੇ ਕਿ ਵਿਜ਼ਟਰ ਦਾ ਜਿਹੜਾ ਅਨੋਖਾ ਚਿਹਰਾ ਸੱਚਮੁੱਚ ਦੋਸਤਾਨਾ ਕਦੋਂ ਹੋਇਆ ਆਨਸਰ ਏ ਆਫਟਰ ਗੈਟਿੰਗ ਏ $50 ਨੋਟ The unfriendly face of old man became truly friendly. He felt obliged and happy. ਕਹਿੰਦੇ ਕਿ ਜਦੋਂ ਉਹ ਰੇਟ ਤੋਂ ਕਿੰਨੇ ਪੈਸੇ ਲੈਂਦਾ ਵਾ ਜਦੋਂ ਉਸਨੂੰ$50 ਲੈਂਦਾ ਵਾ ਠੀਕ ਆ $50 ਦਾ ਨੋਟ ਪ੍ਰਾਪਤ ਕਰਨ ਤੋਂ ਬਾਅਦ ਉਸਦਾ ਜਿਹੜਾ ਅਨਫਰੈਂਡਲੀ ਫੇਸ ਆ ਉਹ ਕਿਹਦੇ ਵਿੱਚ ਚੇਂਜ ਹੋ ਜਾਂਦਾ ਵਾ ਫਰੈਂਡਲੀ ਦੇ ਵਿੱਚ ਜਿਵੇਂ ਦੋਸਤ ਬਣ ਗਿਆ ਵੀ ਇਵੇਂ ਉਹਦਾ ਫੇਸ ਜਿਹੜਾ ਚੇਂਜ ਹੋ ਜਾਂਦਾ ਵਾ ਉਸਨੇ ਮਜਬੂਰ ਤੇ ਖੁਸ਼ ਮਹਿਸੂਸ ਕੀਤਾ ਕਿ ਜਦੋਂ ਉਸਨੂੰ ਪੈਸੇ ਮਿਲ ਜਾਂਦੇ ਆ ਤੇ ਉਹ ਮਤਲਬ ਆਪਣਾ ਫੇਸ ਵੀ ਚੇਂਜ ਕਰ ਲੈਂਦਾ ਵਾ ਕਿ ਜਿਵੇਂ ਉਸਦਾ ਫਰੈਂਡ ਹੁੰਦਾ ਵਾ ਤੇ ਦੈਨ ਉਹ ਉਸਨੂੰ ਖੁਸ਼ੀ ਵੀ ਹੁੰਦੀ ਹੈ ਠੀਕ ਹੈ ਬੇਟਾ ਅੱਜ ਸਾਡੀ ਇਸ ਲੈਸਨ ਦੀ ਜਿਹੜੀ ਕੁਸ਼ਚਨ ਆਨਸਰ ਹੈ ਉਹ ਕੰਪਲੀਟ ਹੋ ਗਿਆ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਵਿੱਚ ਆ ਗਏ ਹੋਣਗੇ ਥੈਂਕ ਯੂ